ਕੀ ਤੁਹਾਡਾ ਨਾਮ ਕੀ ਹੈ? ਨਾਮ ਮੇਰਾ ਆਕਾਸ਼ ਕੁਮਾਰ ਹੈ। ਕੀ ਗੱਲ ਕੀ ਹੋਈ ਹੈ ਵੀਰੇ? ਗੱਲ ਕੁਛ ਨਹੀਂ ਹੋਈ, ਮੈਂ ਲੈਟਰਿੰਗ ਕਰਨ ਚੱਲਿਆ ਸੀ ਜੀ। ਉਧਰੋਂ ਚਾਰ ਬੰਦੇ ਨਿਕਲੇ ਕਿੱਕਰਾਂ ਚੋਂ। ਠੀਕ ਹੈ ਠੀਕ ਹੈ। ਉਹ ਆਇਆ ਮੇਰੇ ਤੋਂ ਪੁੱਛਿਆ, ਕਹਿੰਦਾ ਬੰਦਾ ਦੇਖਿਆ? ਮੈਂ ਕਹਿੰਦਾ ਨਹੀਂ ਦੇਖਿਆ ਵੀਰੇ। ਫਿਰ ਉਸ ਤੋਂ ਬਾਅਦ ਉਹ ਪਿੱਛੇ ਚਲੇ ਗਏ, ਮੈਂ ਅੱਗੇ ਹੋ ਗਿਆ ਥੋੜਾ ਜਿਹਾ। ਠੀਕ ਹੈ। ਉਹਨੇ ਮੇਰੇ ਪਿੱਛੋਂ ਡੰਡਾ ਮਾਰਿਆ। ਅੱਛਾ ਠੀਕ ਹੈ। ਡੰਡਾ ਮਾਰਨ ਤੋਂ ਬਾਅਦ ਮੈਂ ਉਹਨੂੰ ਪਿੱਛੋਂ ਫੜ ਲਿਆ। ਅੱਛਾ। ਫਿਰ ਦੂਜੇ ਬੰਦੇ ਨੇ ਮੇਰੇ ਕਾਪਾ ਮਾਰਤਾ। ਅੱਛਾ ਠੀਕ ਹੈ। ਉਸ ਤੋਂ ਬਾਅਦ ਮੈਂ ਉਹ ਕਹਿੰਦਾ ਫੋਨ ਦੇ ਫੋਨ ਦੇ, ਮੈਂ ਫੋਨ ਸਿੱਟਤਾ। ਫੋਨ ਸਿੱਟਣ ਤੋਂ ਬਾਅਦ ਉਹਨੇ ਪਿੱਛੋਂ ਤੋਂ ਇੱਕ ਹੋਰ ਮਾਰਿਆ ਮੇਰੇ ਨਾਲ ਦੇ ਨਾਲ। ਫਿਰ ਮੈਂ ਨਾਲ ਦੇ ਨਾਲ ਮਾਰਨ ਤੋਂ ਬਾਅਦ ਉਹ ਚਾਰ ਜਿਹੜੇ ਸੀ ਉਹਨਾਂ ਨੇ ਪਿੱਛੋਂ ਮੇਰੇ, ਫਿਰ ਮੈਂ ਸੁਣ ਹੋ ਗਿਆ, ਮੈਂ ਡਿੱਗ ਗਿਆ ਉੱਥੇ। ਅੱਛਾ। ਡਿੱਗਣ ਤੋਂ ਬਾਅਦ ਫੋਨ ਲੈ ਕੇ ਭੱਜ ਗਏ। ਮੈਂ ਖੜਾ ਹੋਇਆ ਆਪਣੇ ਆਪ ਖੜਾ ਹੋ ਕੇ, ਮੈਂ ਫਿਰ ਥੋੜ੍ਹੀ ਜਿਹੀ ਅੱਗੇ ਆਇਆ, ਉੱਥੇ ਬੰਦੇ ਮਿਲੇ ਮੈਨੂੰ, ਮੈਂ ਫੋਨ ਕੀਤਾ ਕਰਦਿਆਂ ਨੂੰ। ਫਿਰ ਉਹ ਕਰਦੇ ਮੇਰੇ ਬ੍ਰਦਰ ਔਰ ਹੀ ਆ ਗਏ ਮੇਰੇ ਕੋਲ। ਪਤਾ ਹੈ ਜਾਣਦੇ ਬੰਦੇ ਕੌਣ ਹੈ? ਨਹੀਂ ਨਹੀਂ ਜਾਣਦੇ। ਛੋਟੀ ਜਿਹੀ ਹਾਈਟ ਹੈ ਇੱਕ ਮੁੰਡੇ ਦੀ, ਪਤਲਾ ਜਿਹਾ, ਔਰ ਇੱਕ ਨਾਲ ਸੀਗਾ ਜਿਹੜਾ ਉਹ ਪਤਲਾ ਜਿਹਾ ਮੁੰਡਾ ਹੈ, ਲੰਬਾ ਲੰਬਾ ਜਿਹਾ। ਔਰ ਦੋ ਮੈਨੂੰ ਪਿੱਛੋਂ ਦੇਖੇ ਸੀ, ਉਹ ਧਿਆਨ ਨਹੀਂ ਦਿੱਤਾ। ਆ ਦੋ ਮੇਰੇ ਸਾਹਮਣੇ ਸੀ। ਠੀਕ। ਟੋਟਲ ਚਾਰ ਜਣੇ ਸੀ? ਹਾਂ, ਔਰ ਸਾਫਾ ਬੰਨਿਆ ਹੋਇਆ ਸੀ ਮੂੰਹ ਤੇ। ਠੀਕ। ਕਾ ਜੀ ਹਾਜ਼ਰ ਹੈ ਜੀ। ਆਪ ਕੀ ਲੱਗਦਾ ਜੀ? ਲੜਕਾ ਹੈ ਜੀ ਹਮਾਰਾ ਬੜਾ ਲੜਕਾ ਹੈ। ਕਿਆ ਕਿਉਂ? ਇਹ ਬਸ ਲੈਟਰਿੰਗ ਗਿਆ ਤਾਂ ਵਹਾਂ ਪਰ ਨਸ਼ੇੜੀ ਉਹਨੇ ਕਾਫੇ ਕੂਪੇ ਮਾਰ ਕੇ ਵਹੀਂ ਪੜਾ ਰਿਹਾ ਜੀ। ਇਹ ਤਾਂ ਬੇਹੋਸ਼ ਆ ਜਾ, ਪਤਾ ਲੱਗਾ ਤਾਂ ਹਮ ਲੋਕ ਗਏ, ਫਿਰ ਲੈ ਕੇ ਆਏ ਸਿੱਧਾ ਹਸਪੀਟਲ ਲੈ ਕੇ ਆਏ। ਆਪਕੋ ਕਿਸਨੇ ਸੂਚਨਾ ਦੀ? ਕੋਈ ਉਧਰ ਸੇ ਆ ਰਿਹਾ ਤਾਂ ਉਹ ਕਹਤਾ ਐਸੇ ਲੜਕਾ ਪੜਾ ਹੋਇਆ ਹੈ ਵਹਾਂ ਪਰ, ਤਬ ਹਮ ਲੋਕ ਗਏ ਘਰ ਸੇ ਬਾਹਰ। ਕਿਆ ਮੰਗ ਕਰਤੇ ਹੋ ਪ੍ਰਸ਼ਾਸਨ ਸੇ? ਕਿਆ ਮੰਗ ਕਰਤੇ ਹੋ? ਹਾਂਜੀ, ਕਿਆ ਮੰਗ ਕਰਤੇ ਹੋ ਪ੍ਰਸ਼ਾਸਨ ਸੇ? ਮੰਗ ਇਹ ਮਤਲਬ ਨਸ਼ੇੜੀਓ ਕੇ ਲੀਏ ਸਬਸੇ ਇਹ ਕਰਵਾਓ, ਇਨਕੋ ਮੰਨ ਲਓ ਇਹ ਨਹੀਂ ਹੋਣਾ ਚਾਹੀਏ। ਕਿਆ ਕਿਆ ਲੈ ਕੇ ਗਏ? ਇਸਕਾ ਕੋਈ ਮੋਬਾਈਲ ਲੈ ਗਏ ਜੀ। ਮੋਬਾਈਲ ਦੇ ਪਿੱਛੇ ਸਾਰਾ ਕੁਝ ਕਰਾ ਬਤਾਓ। ਮੋਬਾਈਲ ਕੀ ਤੁਹਾਡਾ ਨਾਮ ਕੀ ਹੈ? ਨਾਮ ਮੇਰਾ ਆਕਾਸ਼ ਕੁਮਾਰ ਹੈ। ਕੀ ਗੱਲ ਕੀ ਹੋਈ ਹੈ ਵੀਰੇ? ਗੱਲ ਕੁਛ ਨਹੀਂ ਹੋਈ, ਮੈਂ ਲੈਟਰਿੰਗ ਕਰਨ ਚੱਲਿਆ ਸੀ ਜੀ। ਉਧਰੋਂ ਚਾਰ ਬੰਦੇ ਨਿਕਲੇ ਕਿੱਕਰਾਂ ਚੋਂ। ਠੀਕ ਹੈ ਠੀਕ ਹੈ। ਉਹ ਆਇਆ ਮੇਰੇ ਤੋਂ ਪੁੱਛਿਆ, ਕਹਿੰਦਾ ਬੰਦਾ ਦੇਖਿਆ? ਮੈਂ ਕਹਿੰਦਾ ਨਹੀਂ ਦੇਖਿਆ ਵੀਰੇ। ਫਿਰ ਉਸ ਤੋਂ ਬਾਅਦ ਉਹ ਪਿੱਛੇ ਚਲੇ ਗਏ, ਮੈਂ ਅੱਗੇ ਹੋ ਗਿਆ ਥੋੜ੍ਹਾ ਜਿਹਾ। ਠੀਕ ਹੈ। ਉਹਨੇ ਮੇਰੇ ਪਿੱਛੋਂ ਡੰਡਾ ਮਾਰਿਆ। ਅੱਛਾ ਠੀਕ ਹੈ। ਡੰਡਾ ਮਾਰਨ ਤੋਂ ਬਾਅਦ ਮੈਂ ਉਹਨੂੰ ਪਿੱਛੋਂ ਫੜ ਲਿਆ। ਅੱਛਾ। ਫਿਰ ਦੂਜੇ ਬੰਦੇ ਨੇ ਮੇਰੇ ਕਾਪਾ ਮਾਰਤਾ। ਅੱਛਾ ਠੀਕ ਹੈ। ਉਸ ਤੋਂ ਬਾਅਦ ਮੈਂ ਉਹ ਕਹਿੰਦਾ ਫੋਨ ਦੇ ਮੈਂ ਫੋਨ ਸਿੱਟਤਾ। ਫੋਨ ਸਿੱਟਣ ਤੋਂ ਬਾਅਦ ਉਹਨੇ ਪਿੱਛੋਂ ਤੋਂ ਇੱਕ ਹੋਰ ਮਾਰਿਆ ਮੇਰੇ ਨਾਲ ਦੇ ਨਾਲ। ਫਿਰ ਮੈਂ ਨਾਲ ਦੇ ਨਾਲ ਮਾਰਨ ਤੋਂ ਬਾਅਦ ਉਹ ਚਾਰ ਜਿਹੜੇ ਸੀ ਉਹਨਾਂ ਨੇ ਪਿੱਛੋਂ ਮੇਰੇ, ਫਿਰ ਮੈਂ ਸੁਣ ਹੋ ਗਿਆ, ਮੈਂ ਡਿੱਗ ਗਿਆ ਉੱਥੇ। ਅੱਛਾ। ਡਿੱਗਣ ਤੋਂ ਬਾਅਦ ਫੋਨ ਲੈ ਕੇ ਭੱਜ ਗਏ। ਮੈਂ ਖੜਾ ਹੋਇਆ ਆਪਣੇ ਆਪ ਖੜਾ ਹੋ ਕੇ, ਮੈਂ ਫਿਰ ਥੋੜ੍ਹੀ ਜਿਹੀ ਅੱਗੇ ਆਇਆ, ਉੱਥੇ ਬੰਦੇ ਮਿਲੇ ਮੈਨੂੰ, ਮੈਂ ਫੋਨ ਕੀਤਾ ਕਰਦਿਆਂ ਨੂੰ। ਫਿਰ ਉਹ ਕਰਦੇ ਮੇਰੇ ਬ੍ਰਦਰ ਔਰ ਹੀ ਆ ਗਏ ਮੇਰੇ ਕੋਲ। ਪਤਾ ਹੈ ਜਾਣਦੇ ਬੰਦੇ ਕੌਣ ਹੈ? ਨਹੀਂ ਨਹੀਂ ਜਾਣਦੇ। ਛੋਟੀ ਜਿਹੀ ਹਾਈਟ ਹੈ ਇੱਕ ਮੁੰਡੇ ਦੀ, ਪਤਲਾ ਜਿਹਾ, ਔਰ ਇੱਕ ਨਾਲ ਸੀਗਾ ਜਿਹੜਾ ਉਹ ਪਤਲਾ ਜਿਹਾ ਮੁੰਡਾ ਹੈ, ਲੰਬਾ ਲੰਬਾ ਜਿਹਾ। ਔਰ ਦੋ ਮੈਨੂੰ ਪਿੱਛੋਂ ਦੇਖੇ ਸੀ, ਉਹ ਧਿਆਨ ਨਹੀਂ ਦਿੱਤਾ। ਆ ਦੋ ਮੇਰੇ ਸਾਹਮਣੇ ਸੀ। ਟੋਟਲ ਚਾਰ ਜਣੇ ਸੀ? ਹਾਂ, ਔਰ ਸਾਫਾ ਬੰਨਿਆ ਹੋਇਆ ਸੀ ਮੂੰਹ ਤੇ। ਠੀਕ। ਕਾ ਜੀ ਹਾਜ਼ਰ ਹੈ ਜੀ। ਆਪ ਕੀ ਲੱਗਦਾ ਜੀ? ਲੜਕਾ ਹੈ ਜੀ ਹਮਾਰਾ ਬੜਾ ਲੜਕਾ ਹੈ। ਕਿਆ ਕਿਉਂ? ਇਹ ਬਸ ਲੈਟਰਿੰਗ ਗਿਆ ਤਾਂ ਵਹਾਂ ਪਰ ਨਸ਼ੇੜੀ ਉਹਨੇ ਕਾਫੇ ਕੂਪੇ ਮਾਰ ਕੇ ਵਹੀਂ ਪੜਾ ਰਿਹਾ ਜੀ। ਇਹ ਤਾਂ ਬੇਹੋਸ਼ ਆ ਜਾ, ਪਤਾ ਲੱਗਾ ਤਾਂ ਹਮ ਲੋਕ ਗਏ, ਫਿਰ ਲੈ ਕੇ ਆਏ ਸਿੱਧਾ ਹਸਪੀਟਲ ਲੈ ਕੇ ਆਏ। ਆਪਕੋ ਕਿਸਨੇ ਸੂਚਨਾ ਦੀ? ਕੋਈ ਉਧਰ ਸੇ ਆ ਰਿਹਾ ਤਾਂ ਉਹ ਕਹਤਾ ਐਸੇ ਲੜਕਾ ਪੜਾ ਹੋਇਆ ਵਹਾਂ ਪਰ, ਤਬ ਹਮ ਲੋਕ ਗਏ ਘਰ ਸੇ ਬਾਹਰ। ਕਿਆ ਮੰਗ ਕਿਆ ਕਰਤੇ ਹੋ ਪ੍ਰਸ਼ਾਸਨ ਸੇ? ਕਿਆ ਮੰਗ ਕਰਤੇ ਹੋ? ਹਾਂਜੀ, ਕਿਆ ਮੰਗ ਕਰਤੇ ਹੋ ਪ੍ਰਸ਼ਾਸਨ ਸੇ? ਮੰਗ ਇਹ ਮਤਲਬ ਨਸ਼ੇੜੀਓ ਕੇ ਲੀਏ ਸਬਸੇ ਇਹ ਕਰਵਾਓ, ਇਨਕੋ ਮੰਨ ਲਓ ਇਹ ਨਹੀਂ ਹੋਣਾ ਚਾਹੀਏ। ਕਿਆ ਕਿਆ ਲੈ ਕੇ ਗਏ ਇਸਕਾ? ਕੋਈ ਮੋਬਾਈਲ ਲੈ ਗਏ ਜੀ। ਮੋਬਾਈਲ ਕੇ ਪਿੱਛੇ ਸਾਰਾ ਕੁਝ ਕਰਾ ਬਤਾਓ। ਮੋਬਾਈਲ